मां हल कर दे। हल करने वाली दादी बैठी हुई है जोता वाली मां। जो भी तुसी सच्चे मन ना मंगो महारानी जी दे कोल, महारानी तुहाडी जरूर सुनदी है, पर शर्त है कि तुहाडी श्रद्धा सच्ची होनी चाहिए है, तुहानू विश्वास होना चाहिए महारानी जी उत्ते कि मां असीं तेरे हां ते तू साडे हां, तू साडे काम सवारने ने, साडे काम तू ही सवारने ने। कह दियो जय माता दी, जय माता दी। फिर कह दियो जय माता दी, जय माता दी। कहंदे भगत ध्यान नु होया जिन्हें भगती कीती सी महारानी जी दी, ओ भी किसी नु बर्दाश्त नहीं होया ते पिंड च गल चल पई वई जय माता दी जय माता दी। भगत करी जांदा ते लोगों ने मदर लाया होया ते जड़े उठो ने ठग संत सिंगे ओ कहंदे गुरु साडे रोटी पानी बंद हो जानी है। जाके वजीर नु कह दिता राजे ने भई इत्थे एक ध्यानू भगत नाम दा बंदा है जड़ा कि जय माता दी करदा उहने सारा पिंड मगर ला लिया है, ते ए गल चंगी नहीं है। उहनू जाके तुसी एक वारी पुछो की गल है, क्यों इस तरह करदा पिया, क्योंकि उहनां नू उहदे तों जलन हुंदी सी। भगत ध्यानू भगती करदा सी, कोई ठग नहीं सी, कोई चोर नहीं सी, महारानी दा भगत सच्चा सुच्चा भगत सी। कहंदे ने ध्यानू नू राजे ने बुला लिया अपने दरबार दे विच, कहंदा हां भी भगता तू ध्यानू भगत है? कहंदा हां जी मां दी भगती करदा। हां जी लै सानू अपनी मां दा कोई कोटक दिखा। कहंदे सानू अपनी मां दा कोटक दिखा, की तेरी मां कर सकदी है? ਉਹ ਕਹਿੰਦਾ ਮੇਰੀ ਤਾਂ ਮਾਂ ਸਭ ਕੁਝ ਕਰ ਸਕਦੀ ਹੈ, ਕੀ ਨਹੀਂ ਕਰ ਸਕਦੀ ਮੇਰੀ ਮਾਂ? ਕਹਿੰਦੇ ਸਾਨੂੰ ਕੁਝ ਕਰਕੇ ਦਿਖਾ। ਕਹਿੰਦਾ ਦੱਸੋ ਕੀ ਕਰਨਾ ਹੈ? ਕਹਿੰਦੇ ਲਿਆਓ ਮੁਰਗਾ ਵੱਡੋ ਧੋਣ, ਲੈ ਤੇਰੀ ਮਾਂ ਹੀ ਤੇਰੇ ਨੂੰ ਜੂੰਦਾ ਕਰਕੇ ਦਿਖਾ ਦੇ, ਅਸੀਂ ਤੇਰੀ ਮਾਂ ਨੂੰ ਮੰਨਾਂਗੇ। ਲੋ ਜੀ ਲਿਆਂਦਾ ਮੁਰਗੇ ਦੀ ਧੋਣ ਵੱਡੀ, ਮੁਰਗਾ ਫੁਲਕ ਕੇ ਘੋੜਾ ਉਹ ਫੁਲਕ ਕੇ ਪੈ ਗਿਆ, ਘੋੜੇ ਦੀ ਗੱਲ ਸੀਗੀ, ਘੋੜਾ ਉੱਥੇ ਫੁਲਕ ਕੇ ਪੈ ਗਿਆ, ਘੋੜੇ ਦੀ ਧੋਣ ਵੱਡੀ ਗਈ, ਘੋੜਾ ਤੜਫਾ ਲੱਗ ਪਿਆ ਉੱਥੇ। ਕਹਿੰਦੇ ਲੈ ਵੀ ਹੁਣ ਜੇ ਤੇਰੀ ਮਾਂ ਦੀ ਸ਼ਕਤੀ ਹੈ ਤੇ ਘੋੜੇ ਨਾਲ ਸਿਰ ਜੋੜ ਕੇ ਦਿਖਾ ਦੇ। ਲੋ ਜੀ ਮਾਂ ਦਾ ਨਾਮ ਲਿਆ ਧਿਆਨੂ ਭਗਤ ਨੇ ਕਿ ਮਾਂ ਅੱਜ ਤੇਰੇ ਬੱਚੇ ਦੀ ਪ੍ਰੀਖਿਆ ਹੈ, ਅੱਜ ਮਾਂ ਤੂੰ ਆਪਣੇ ਬੱਚੇ ਨੂੰ ਪ੍ਰੀਖਿਆ 'ਚ ਸਫਲ ਕਰਨਾ ਹੈ। ਮਹਾਰਾਣੀ ਤੂੰ ਆਪਣੇ ਆਪ ਆ ਜਾ, ਮੈਂ ਤੇ ਕੁਛ ਕਰ ਨਹੀਂ ਸਕਦਾ, ਜੋ ਕਰਨ ਵਾਲੀ ਤੂੰ ਹੀ ਆਪਣੇ ਆਪ ਕਰੇਗੀ। ਲੋ ਜੀ ਮਾਂ ਦਾ ਨਾਮ ਲਿਆ, ਮਾਤਾ ਰਾਣੀ ਹਾਜ਼ਰ ਹੋ ਗਈ, ਘੋੜੇ ਦਾ ਸਿਰ ਜੋੜ ਪਿਆ ਤੇ ਘੋੜਾ ਉੱਠ ਕੇ ਸਾਰਾ ਜੀਤ ਹੋ ਗਿਆ। ਕਹਿਦਾ ਉਹ ਜਕਾਰਾ ਸ਼ੇਰਾ ਵਾਲੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਜਦੋਂ ਇਹ ਦੇਖਿਆ ਕਿ ਘੋੜਾ ਫਿਰ ਤੋਂ ਜਿੰਦਾ ਹੋ ਗਿਆ, ਧਿਆਨੂ ਭਗਤ ਨੇ ਉਹ ਘੋੜੇ ਨੂੰ ਆਪਣੀ ਭਗਤੀ ਦੇ ਨਾਲ ਮਹਾਰਾਣੀ ਨੂੰ ਕਹਿ ਕੇ ਘੋੜੇ ਦਾ ਸਿਰ ਜੜਵਾ ਦਿੱਤਾ ਤੇ ਘੋੜਾ ਉੱਠ ਕੇ ਖੜਾ ਹੋ ਗਿਆ ਤੇ ਸਾਰੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਇਸ ਘੋੜੇ ਦੀ ਧੋਣ ਵੱਡੀ, ਇਹ ਕਿਸ ਤਰ੍ਹਾਂ ਜਿੰਦਾ ਹੋ ਗਿਆ। ਉਹ ਮਾਂ ਨੇ ਆਪਣੇ ਆਪ ਉਸ ਨੂੰ ਸਾਰਾ ਜਿੱਤ ਕਰ ਦਿੱਤਾ, ਸ਼ਕਤੀ ਮਾਂ ਨੇ। ਇਸ ਕਰਕੇ ਜਿਹਨੂੰ ਮਾਂ ਤੇ ਵਿਸ਼ਵਾਸ ਹੀ ਬੇੜਾ ਉਸੇ ਦਾ ਵੀ ਪਾਰ ਹੁੰਦਾ, ਦੂਸਰੇ ਦਾ ਬੇੜਾ ਨਹੀਂ ਪਾਰ ਹੋ ਸਕਦਾ। ਉਹਨੂੰ ਵਿਸ਼ਵਾਸ ਸੀ ਕਿ ਮੇਰੀ ਮਾਂ ਨੇ ਮੇਰੀ ਇੱਜ਼ਤ ਜ਼ਰੂਰ ਰੱਖਣੀ ਹੈ। ਇਸ ਕਰਕੇ ਜਕਾਰਾ ਸ਼ੇਰਾ ਵਾਲੀ ਜੀ ਦਾ ਸੱਚੇ ਦਰਬਾਰ ਕੀ ਜੈ, ਜਕਾਰਾ ਸੱਚੀਆਂ ਜੋਤਾਂ ਵਾਲੀ ਜੀ ਦਾ ਸੱਚੇ ਦਰਬਾਰ ਕੀ ਜੈ। ਇਸ ਕਰਕੇ ਮਹਾਰਾਣੀ ਦਾ ਵਿਸ਼ਵਾਸ ਰੱਖੋ, ਭਗਤੀ ਕਰੋ ਉਸ ਦੀ ਸੱਚੇ ਮਨ ਦੇ ਨਾਲ, ਤੇ ਮਹਾਰਾਣੀ ਤੁਹਾਨੂੰ ਆਪਣੇ ਆਪ ਜੋ ਮੰਗੋਗੇ ਤੁਹਾਨੂੰ ਜ਼ਰੂਰ ਮਿਲੇਗਾ ਮਹਾਰਾਣੀ ਜੀ ਦੇ ਕੋਲ। ਇਹ ਸੱਚੀ ਸੱਚੀ ਜੋਤ ਹੈ, ਜੋਤਾਂ ਵਾਲੀ ਹੈ, ਲਾਟਾਂ ਵਾਲੀ ਹੈ, ਮੰਦਰਾਂ ਵਾਲੀ ਹੈ, ਇਹ ਸਭ ਦੀ ਆਸ ਮੁਰਾਦ ਪੂਰੀ ਕਰਦੀ ਹੈ। ਕਹਿ ਦਿਓ ਜੈ ਮਾਤਾ ਦੀ, ਜੈ ਮਾਤਾ ਦੀ। ਫਿਰ ਕਹਿ ਦਿਓ ਜੈ ਮਾਤਾ ਦੀ, ਜੈ ਮਾਤਾ ਦੀ। ਕਹਿੰਦੇ ਫਿਰ ਰਾਜਾ ਅਕਬਰ ਮਾਂ ਜਵਾਲਾ ਦੇ ਦਰਬਾਰ ਦੇ ਉੱਤੇ ਪਹੁੰਚਦਾ, ਹਾਥੀ ਘੋੜੇ ਸੈਨਾ ਲੈ ਕੇ ਮਾਂ ਕੋਲ ਪਹੁੰਚਦਾ ਤੇ ਮਾਂ ਨੂੰ ਕਹਿੰਦਾ ਮਾਂ ਮੈਂ ਸੋਨੇ ਦਾ ਛੱਤਰ ਤੇਰੇ ਦਰਬਾਰ ਦੇ ਉੱਤੇ ਲੈ ਕੇ ਆਣ ਲੱਗਾ, ਇਹਦੇ ਵਰਗਾ ਛੱਤਰ ਕਿਸੇ ਭਗਤ ਨੇ ਨਹੀਂ ਤੈਨੂੰ ਚੜਾਇਆ ਹੋਏਗਾ। ਫਿਰ ਉਸਦੇ ਮਨ ਦੇ ਵਿੱਚ ਕੀ ਆਇਆ? ਹੰਕਾਰ, ਹੰਕਾਰ ਆਇਆ, ਆ ਗਿਆ ਮਾਂ ਦੇ ਕੋਲ। ਜਦੋਂ ਛੱਤਰ ਚੜਾ ਲੱਗਾ ਤੇ ਛੱਤਰ ਰੱਪ ਕਰਦਾ ਥੱਲੇ ਬੱਚਾ, ਕਹਿੰਦੇ ਮਾਂ ਇਹ ਕੀ, ਮੈਂ ਤੇ ਬੜੀ ਸ਼ਰਧਾ ਦੇ ਨਾਲ ਤੇਰੇ ਦਰਬਾਰ ਤੇ ਨੰਗੇ ਨੰਗੇ ਪੈਰੀ ਆਇਆ ਤੇ ਮਾਂ ਤੂੰ ਇਹ ਕੀ ਕੀਤਾ? ਮਾਂ ਕਹਿੰਦੀ ਤੇਰੇ ਦਿਲ 'ਚ ਹਲੇ ਹੰਕਾਰ ਨਹੀਂ ਗਿਆ? ਇਹ ਕਿਹਾ ਕਿ ਮੈਂ ਛੱਤਰ ਲੈ ਕੇ ਆਇਆ, ਉਹ ਨਾ ਸੋਨੇ ਦਾ, ਨਾ ਚਾਂਦੀ ਦਾ, ਨਾ ਨੋਏ ਦਾ, ਨਾ ਪੁੱਤਿਆਂ ਦਾ, ਉਹ ਮਹਾਰਾਣੀ ਨੇ ਪਤਾ ਨਹੀਂ ਕਿਹੜੀ ਧਾਂਤ ਦਾ ਬਣਾ ਦਿੱਤਾ ਜਵਾਲਾ ਦੇ ਦਰਬਾਰ ਨੇ, ਪਰ ਅੱਜ ਵੀ ਉਹ ਛੱਤਰ
कह दियो जय माता दी, जय माता दी। फिर कह दियो जय माता दी, जय माता दी। गल्लां ने बड़िया सुनन नूं ते ध्यान नाल सुनन ते तुहानूं बहुत वधिया गल्लां सुना के जावांगी, क्योंकि जे सुनन वाला कोई होए फिर सुनाई दा नहीं तां असीं भेटां ही बोली जाणियां। जयकारा शेरा वाली जी दा, बोल सच्चे दरबार की जय। जयकारा काल का मैया जी दा, बोल सच्चे दरबार की जय। ओ काला घगरा सुनहरा